ਕਿਸਾਨ ਦੋਸਤੋ ਕਈ ਕਿਸਾਨ ਵੀਰਾਂ ਦੇ ਇਸ ਤਰ੍ਹਾਂ ਦੇ ਫੋਨ ਆ ਰਹੇ ਆ ਕਿ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਬਾਸਮਤੀ ਦੇ ਵਿੱਚ ਝੰਡਾ ਰੋਗ ਜਾਂ ਫਟ ਰੋਗ ਰੋਗ ਜਾਂ ਕੀ ਵੀਰਾਂ ਨੂੰ ਪਾਗਲ ਬੁੱਟੇ ਕਹਿੰਦੇ ਆ ਜ ਜੈਨੂੰ ਕੋ ਪੈਰ ਗਦਨਾ ਬਿਮਾਰੀ ਦੀ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਨਾਲ ਕਿਸਾਨ ਵੀਰਾਂ ਦਾ ਸਵਾਲ ਇਹ ਵੀ ਹੈ ਕਿ ਨਾਲੇ ਕਹਿੰਦੇ ਸਿੱਧੀ ਬਿਜਾਈ ਦੇ ਵਿੱਚ ਬਿਮਾਰੀ ਆਉਂਦੀ ਨਹੀਂ ਤੇ ਹੁਣ ਕਿਵੇਂ ਆ ਗਈ ਤਾਂ ਇਸ ਦੇ ਸਬੰਧ ਦੇ ਵਿੱਚ ਮੈਂ ਇਸ ਵੀਡੀਓ 'ਚ ਗੱਲ ਕਰਦਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਫਟਰੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਹਜ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਮੇਰੀ ਖੇਤੀ ਮੇਰਾ ਕਿਸਾਨ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ ਉਹਨਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਤਾਂ ਕਿਸਾਨ ਦੋਸਤੋ ਜਿਵੇਂ ਕਿ ਇਸ ਤੋਂ ਪਹਿਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਝੰਡਾ ਰੋਗ ਹੈ ਜਾਂ ਫੁੱਟ ਰੋਟ ਹੈ ਜਾਂ ਪੈਰਾਂ ਦਾ ਗਦਨਾ ਬਿਮਾਰੀ ਹੈ ਬਾਸਮਤੀ ਦੀ ਇਹ ਅੱਜ ਕੱਲ ਪੂਸਾ 44 ਦੇ ਵਿੱਚ ਇਲੈਕਸ਼ਨ ਦੇਖ ਰਹੇ ਹੈ ਝੋਨੇ ਦੀਆਂ ਕੁਝ ਪ੍ਰਾਈਵੇਟ ਕਿਸਮਾਂ ਹੈਗੀਆਂ ਉਹਨਾਂ ਦੇ ਵਿੱਚ ਵੀ ਇਹਰੇ ਇਲੈਕਸ਼ਨ ਦਿਖਾਈ ਦੇ ਰਹੇ ਹੈ ਤਾਂ ਇਹ ਬਿਮਾਰੀ ਦੋ ਤਰੀਕੇ ਨਾਲ ਫੈਲਦੀ ਹੈ ਇੱਕ ਤਾਂ ਫੈਲਦੀ ਹੈ ਬੀ ਤੋਂ ਤੇ ਦੂਜਾ ਫੈਲਦੀ ਹੈ ਮਿੱਟੀ ਤੋਂ ਜਿਹੜਾ ਗਲਤੀ ਸਾਡੀ ਹੈ ਮੈਂ ਬਾਰ ਬਾਰ ਤੁਹਾਨੂੰ ਇਹ ਕਹਿ ਰਿਹਾ ਹਾਂ ਕਿ ਭਾਈ ਜੇ ਬਾਸਮਤੀ ਦੀ ਖੇਤੀ ਕਰਨੀ ਹੈ ਬੀ ਆਪ ਦਾ ਰੱਖਿਆ ਕਰੋ ਬਾਜ਼ਾਰ ਚੋਂ ਕੀ ਲੈ ਕੇ ਆਏ ਹੋ ਕੀ ਹੈਗਾ ਤੁਹਾਨੂੰ ਨਹੀਂ ਪਤਾ ਹੁਣ ਹੋਇਆ ਕੀ ਹੈ ਕਿ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਟਡੇ ਝੋਨੇ ਦੇ ਦਾਣਿਆਂ ਦੇ ਵਿੱਚ ਝੰਡੇ ਰੋਗ ਦੇ ਬੂਟੇ ਬਿਮਾਰੀ ਸੀਗੀ ਜਿਵੇਂ ਤੁਸੀਂ ਖੇਤ ਵਿੱਚ ਵਿਜਿਆ ਓਵੇਂ ਓ ਝੰਡੇ ਬਾਹਰ ਨਿਕਲ ਗਏ ਤੇ ਪਰੰਤੂ ਜੇ ਉਹਨੇ ਇਹ ਹੀ ਕੋਟੜੇ ਕੱਦੂ ਵਾਲੇ ਖੇਤ ਹੋਏ ਹੁੰਦਾ ਤੇ ਬਿਮਾਰੀ ਇੱਕ ਤੋਂ ਦੂਜਾ ਬੂਟਾ ਦੂਜੇ ਤੀਜਾ ਤੀਜੇ ਤੇ ਚੌਥਾ ਚੌਥੇ ਤੋਂ ਪੰਜਵਾਂ ਤੇ ਤੁਸੀਂ ਸਪਰੇਅ ਕਰ ਕਰਕੇ ਥੱਕ ਜਾਂਦੇ ਸਿੱਧੀ ਬਿਜਾਈ ਵਾਲੇ ਖੇਤ ਦੇ ਵਿੱਚ ਸਾਨੂੰ ਘਭਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਬੀ ਦੇ ਵਿੱਚ ਬਿਮਾਰੀ ਸੀ ਉਹ ਬੂਟੇ ਨੂੰ ਬਿਮਾਰੀ ਲੱਗੀ ਹੈ ਉਹ ਬੂਟਾ ਵਦੇਗਾ ਵੀ ਉਹ ਬੂਟਾ ਅੱਗੇ ਜਾ ਕੇ ਸੁੱਕੇਗਾ ਵੀ ਪਰੰਤੂ ਇੱਕ ਗੱਲ ਤੇ ਹੈਗੀ ਹੈ ਕਿ ਸਿੱਧੀ ਬਿਜਾਈ ਦੇ ਵਿੱਚ ਬੀ ਜ਼ਿਆਦਾ ਪਾਇਆ ਹੁੰਦਾ ਹੈ ਜਿਦੇ ਕਰਕੇ ਜੇਕਰ 8 ਕਿਲੋ ਬੀ ਦੇ ਵਿੱਚੋਂ ਕੋਈ ਅੱਧਾ ਕਿਲੋ ਬੀ ਕਿਲੋ ਬੀ ਜਿਹੜਾ ਹੈਗਾ ਖਤਮ ਵੀ ਹੋ ਗਿਆ ਤਾਂ ਕੋਈ ਫਰਕ ਨਹੀਂ ਪੈਣ ਵਾਲਾ ਦੂਸਰੀ ਗੱਲ ਹੈਗੀ ਹੈ ਕਿ ਸਿੱਧੀ ਬਿਜਾਈ ਦੇ ਵਿੱਚ ਇਹਨੂੰ ਉਹ ਮਾਹੌਲ ਨਹੀਂ ਮਿਲਣਾ ਕਿ ਜਿਹਦੇ ਨਾਲ ਫਿਰ ਇਹ ਗਾਂ ਤੰਦਰੁਸਤ ਬੂਟਿਆਂ ਦੇ ਉੱਤੇ ਜਾ ਕੇ ਹਮਲਾ ਕਰ ਸਕੇ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਸੁਨਣਾ ਕਿ ਸਿੱਧੀ ਬਿਜਾਈ ਚੋਣੇ ਦੇ ਵਿੱਚ ਬਕਾਨੀ ਰੋਗ ਜਾਂ ਫੁੱਟ ਰੌਟ ਨੂੰ ਉਹ ਮਾਹੌਲ ਨਹੀਂ ਮਿਲਦਾ ਕਿ بیمار ਬੁੱਟਿਆਂ ਤੋਂ ਬਿਮਾਰੀ ਜਾ ਕੇ ਤੰਦਰੁਸਤ ਬੁੱਟਿਆਂ ਤੱਕ ਫੈਲ ਜਾਵੇ ਤਾਂ ਇਸ ਕਰਕੇ ਜੋ ਪਿਛਲੇ ਸਾਲਾਂ ਦਾ ਸਾਡਾ ਤਜਰਬਾ ਹੈਗਾ ਜੋ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਦੇਖਦੇ ਆਏ ਹਾਂ ਉਹ ਇਹੀ ਦਿਖਿਆ ਹੈ ਕਿ ਜੇਕਰ ਕਿਤੇ ਬਿਮਾਰੀ ਆ ਗਈ ਤਾਂ ਉਹ ਬਿਮਾਰੀ ਜਿਹੜਾ ਹੈਗਾ ਅੱਗੇ ਨਹੀਂ ਫੈਲੀ ਹੁਣ ਪਿਛਲਾ ਸਾਲ ਇਹੀ ਇਸ ਤਰ੍ਹਾਂ ਦਾ ਸੀਗਾ ਕਿ ਪਿਛਲੇ ਸਾਲ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਇਹ ਜਿਹੜੀ ਹੈਗੀ ਹੈ ਆਈ ਹੈ इवन ਕੇ ਜਿਸ ਸਮੇ ਤੁਹਾਡੀਆਂ ਬਾਸਮਤੀਆਂ ਨਿਸਰ ਰਹੀਆਂ ਸੀਆਂ ਤਾਂ ਉਹਦੇ ਵਿੱਚ ਵੀ ਆਪਾਂ ਦੇਖਿਆ ਕਿ ਇੱਕਦਮ ਮੁੰਜਰਾਈਆਂ ਤਾਂ ਨੂੰ ਲੰਮੀਆਂ ਹੋਈਆਂ ਤੇ ਮੁੜ ਕੇ ਟੁੱਟ ਕੇ ਥੱਲੇ ਡਿੱਗ ਪੀਆਂ ਤੇ ਕਈ ਕੁਝ ਹੋਇਆ ਪਿਛਲੇ ਸਾਲ ਤਾਂ ਉਹਦੇ ਵਿੱਚ ਫਿਰ ਉਸ ਸਮੇ ਆਪਣੀ ਗੱਲ ਚੱਲਦੀ ਸੀ ਜਿਬਰੈਲਿਕ ਐਸਿਡ ਕਰਕੇ ਹੋ ਗਿਆ ਇਹ ਪਹਿਲਾਂ ਆਪਣਾ ਗਲਤੀ ਕੀਤੀ ਬਾਅਦ ਜਿਬਰੈਲਿਕ ਐਸਿਡ ਆ ਗਿਆ ਤਾਂ ਉਹ ਵੀ ਇੱਕ ਰੂਪ ਸੀ ਤੁਹਾਡੇ ਹਸੇ ਦਾ ਬਕਾਨੀ ਜਾਂ ਫੁੱਟ ਰੋਟ ਦਾ ਤਾਂ ਉਹਦੇ ਵਿੱਚ ਕਈ ਨਾਮੀ ਸੰਸਥਾਵਾਂ ਨੇ ਵੀ ਗਲਤੀ ਕੀਤੀ ਹੈ ਕਿ ਉਹ ਜਿਹੜਾ 20 ਸੀਗਾ ਬਿਮਾਰੀ ਵਾਲਾ ਉਹ ਕਿਸਾਨਾਂ ਤੱਕ ਪਹੁੰਚਾਇਆ ਤਾਂ ਪਰੰਤੂ ਹੁਣ ਉਹ ਜੋ ਹੋਣਾ ਸੀ ਹੋ ਗਿਆ ਇਸ ਸਮੇਂ ਸਿੱਧੀ ਬਿਜਾਈ ਦੇ ਵਿੱਚ ਘੱਟੋ ਘੱਟ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਬਿਮਾਰੀ ਅੱਗੇ ਨਹੀਂ ਫੈਲਦੀ ਇਹ ਬਿਮਾਰੀ ਉੱਥੇ ਦੀ ਉੱਥੇ ਉਹਨੇ ਰੁਕ ਜਾਣਾ ਹਾਂ ਜਿਹੜੀ ਹੈਗੀ ਤੁਹਾਡੀ ਕੱਦੂ ਵਾਲੀ ਉੱਥੇ ਦਾ ਪੈ ਤਾਨੂੰ ਜਿਹੜਾ ਹੈਗਾ ਹੁਣ ਪਰੇਸ਼ਾਨ ਹੋਣਾ ਪਏਗਾ ਇਹ ਝੋਨੇ ਦੀ ਜਿਹੜੀ ਪਨੀਰੀ ਪੱਟ ਕੇ ਲਾਉਣ ਤੋਂ ਪਹਿਲਾਂ ਇਹ ਟ੍ਰੀਟਮੈਂਟ ਹੈਗੀ ਆ ਉਹ ਕਰਨੀ ਪੈਗੀ ਪਨੀਰੀ ਦਾ ਇਲਾਜ ਤੁਹਾਨੂੰ ਵੀਡੀਓ ਪਾ ਚੁੱਕਾ ਹਾਂ ਉਸ ਸਾਬ ਨਾਲ ਕਰ ਲਓ ਤੇ ਜਿਹੜਾ ਝੋਨਾ ਇਹਦੇ ਵਿੱਚ ਲਾਉਣ ਲੱਗਿਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਉਹ ਆਪਾਂ ਇੱਕ ਅਲੱਗ ਵੀਡੀਓ 'ਚ ਗੱਲ ਕਰ ਲੈਨੇ ਹਾਂ ਠੀਕ ਹੈ ਤੇ ਹਾਂ ਇੱਕ ਚੀਜ਼ ਹੋਰ ਹੈ ਕਿ ਸੋਸ਼ਲ ਮੀਡੀਆ 'ਇੱਥੇ ਅਫਵਾਹਾਂ ਜ਼ਿਆਦਾ ਚੱਲਦੀਆਂ ਨੇ ਜਿੰਨੀ ਤੱਤੀ ਵੀਡੀਓ ਪਾ ਦਈਏ ਉੰਨੀ ਯਾਰਾ ਚੱਲਦੀ ਹੈ ਤਾਂ ਇੱਧਰ ਉਧਰ ਦੇ ਟੋਟਕਿਆਂ ਪਾਸੇ ਧਿਆਨ ਜ਼ਿਆਦਾ ਨਾ ਦੇ ਕੇ ਤਕਨੀਕੀ ਤੌਰ ਤੇ ਜਾਣ ਕੇ ਕਿ ਇਹ ਕਿਵੇਂ ਠੀਕ ਹੋਣੀ ਹੈ ਉਹਦੇ ਇੱਕ ਤੀ ਸੀਰੀਅਸ ਹੋ ਕੇ ਚੱਲਣਾ ਪਏਗਾ ਕਿਉਂਕਿ ਐਕਤਰੀ ਇਹੇ ਵੱਡੀ ਸਮੱਸਿਆ ਬਣਦੀ ਨਜ਼ਰ ਆ ਰਹੀ ਹੈ ਤਾਂ ਮੈਂ ਫੇਰ ਕਹਨਾ ਹੈ ਕਿ ਸਿੱਧੀ ਅਭਾਈ ਖੇਤ ਦੇ ਵਿੱਚ ਬਿਮਾਰੀ ਇਹ ਨਹੀਂ ਕਿ ਆਉਂਦੀ ਨਹੀਂ ਬਿਮਾਰੀ ਆਉਂਦੀ ਹੈ ਕਿਉਂਕਿ ਜਿਹੜੀ ਤੁਹਾਡੇ ਬੀਜ ਦੇ ਵਿੱਚ ਬਿਮਾਰੀ ਹੈ ਉਹ ਤੁਹਾਡੇ ਖੇਤ 'ਚ ਆਏਗੀ ਆਏਗੀ ਪਰੰਤੂ ਇਹਦਾ ਫਲਾਹ ਜਿਵੇਂ ਕਿ ਤੁਹਾਡੇ ਕੱਦੂ ਵਾਲੇ ਖੇਤਾਂ ਦੇ ਵਿੱਚ ਵਾਧਦੀ ਹੈ ਉਸ ਤਰੀਕੇ ਨਾਲ ਨਹੀਂ ਹੁੰਦਾ ਤੇ ਇਹ ਜਿਹੜੀ ਹੈਗੀ ਇਹ ਬਿਮਾਰੀ ਤੇ ਜੇ ਸਿੱਧੀ ਵਿਜੈ ਚ ਆ ਗਈ ਤਾਂ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਹਾਂ ਜੇ ਤੁਸੀਂ ਇਹ ਚਾਹੋ ਨੇ ਕਿ ਮੈਂ ਬਿਮਾਰ ਗੁੱਟੇ ਪੱਟ ਕੇ ਬਾਹਰ ਕੱਢ ਦੇ ਆ ਤਾਂ ਕੋਈ ਦਿੱਕਤ ਨਹੀਂ ਕਰ ਸਕਦੇ ਠੀਕ ਹੈ ਤਾਂ ਪਿਛਲੇ ਸਾਲਾਂ ਚ ਅਸੀਂ ਦੇਖਿਆ ਕਿ ਜੇ ਬਿਮਾਰੀ ਆਈ ਹੈ ਤਾਂ ਅੱਗੇ ਨਹੀਂ ਬਧੀ ਤਾਂ ਇਹ ਸੀ ਜਾਣਕਾਰੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ